ਆਪਾਂ ਸਾਰੇ ਖੁੱਲਦੇ ਕਿਤੇ ਹੋਏ ਆ ਜੋ ਇਹ ਤਾਂ ਚਲੋ ਖੁੱਲਦੇ ਹੁੰਦੇ ਆ ਇਹਦੇ ਪਿੱਛੇ ਵਾਲੇ ਆਹ ਵਾਲੇ ਕਵਰ ਹੈ ਜੀ ਇਹਦੇ ਦੋ ਬੋਲਟ ਇੱਧਰ ਅਤੇ ਇੱਕ ਇੱਧਰ ਬੋਲਟ ਖੋਲ੍ਹ ਕੇ ਆਪਾਂ ਚੈਨਾਂ ਟਾਈਟ ਕਰਨੀਆਂ ਜਾਂ ਕੋਈ ਵੀ ਚੈਨ ਦਾ ਕੋਈ ਕੰਮ ਕਰਨਾ ਵਿੱਚੋਂ ਕਰਨਾ ਇਹ ਸਿਰਫ ਉੱਪਰ ਚੱਕ ਹੀ ਇਹਦਾ ਕੰਮ ਹੋ ਜਾਂਦਾ ਜੀ ਸਟੀਲ ਲੱਗਿਆ ਹੋਇਆ ਜੀ ਅਤੇ ਇਹਦੀ ਕਸਾਈ ਉਹ ਨਹੀਂ ਹੈਗੀ ਬਿਲਕੁਲ ਵੀ ਅਤੇ ਜਿਵੇਂ ਆਪਣੀਆਂ ਇੱਕ ਛੱਲੀਆਂ ਜ਼ਿਆਦਾ ਬੁੜਕਦੀਆਂ ਹੁੰਦੀਆਂ ਉੱਪਰ ਨੂੰ ਜਾਂਦੀਆਂ ਤਾਂ ਇਹਦੇ ਉੱਪਰ ਆਹ ਲਾਤਾ ਜੀ ਡਸਟ ਕਵਰ ਲਗਾਤਾ ਛੱਲੀਆਂ ਬੁੜਕਣ ਤੋਂ ਇਹ ਕਵਰ ਲੱਗਿਆ ਹੋਇਆ ਜੀ ਅਤੇ ਬਾਕੀ ਇਹਦੇ ਵਿੱਚ ਇਹ ਆਪਣਾ ਬੀਮ ਟਾਈਪ ਹੈ ਜੀ ਜਿਹੋ ਜੀ ਬਾਕੀ ਤੁਹਾਡੀ ਕੋਈ ਵੀ ਕੰਪਨੀ ਦੀ ਕਿਸੇ ਵੀ ਕੰਪਨੀ ਦੀ ਕੰਬਾਈਨ ਹੋਵੇ ਉਸੇ ਤਰ੍ਹਾਂ ਦਾ ਅਸੀਂ ਤਿਆਰ ਕਰਕੇ ਦੇ ਦਿੰਦੇ ਹਾਂ ਇਹ ਵੀ ਯੂ ਟਾਈਪ ਆ ਗਿਆ ਜਾਂ ਮੁੱਛਾਂ ਵਾਲਾ ਕਰਨਾ ਉਹ ਵੀ ਕਰ ਦਿੰਦੇ ਹਾਂ ਜੀ ਦੋਸਤੋ ਮੈਂ ਤੁਹਾਡਾ ਅਮ੍ਰਿਤਿਮਾਨ ਅਤੇ ਅੱਜ ਮੈਂ ਪਹੁੰਚਿਆ ਕਰਤਾਰ ਐਗੋ ਇੰਡਸਟਰੀਜ਼ ਭਾਸੋ ਪੰਜਾਬ ਦੇ ਵਿੱਚ ਅਤੇ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਕਰਤਾਰ ਇੰਡਸਟਰੀ ਦਾ ਮੇਜ ਕਟਰ ਜਿਹਨੂੰ ਮੱਕਾ ਕਟਰ ਵੀ ਕਹਿ ਦਿੰਦੇ ਹਾਂ ਅਤੇ ਦੋਸਤੋ ਇਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਆਪਣੇ ਨਾਲ ਕੰਪਨੀ ਦੇ ਸੇਲਜ ਅਧਿਕਾਰੀ ਨੇ ਉਹਨਾਂ ਗੱਲ ਕਰਾਉਣੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਰਤਾਰ ਐਗੋ ਇੰਡਸਟਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਸ਼ਕਰਮਾ ਦਿਰਵਾ ਚੈਨਲ ਦਾ ਕਿਸਾਨ ਭਰਾਵਾਂ ਲਈ ਖੁਸ਼ੀ ਦੀ ਗੱਲ ਹੈ ਕਿ ਇਹਤੇ ਲੋਨ ਸੁਵਿਧਾ ਉਪਲਬਧ ਹੈ ਜੀ ਠੀਕ ਹੈ ਇਹਦੇ ਉੱਪਰ ਲੋਨ ਹੋ ਜਾਂਦਾ ਜੀ ਮਤਲਬ ਬਹੁਤ ਥੋੜੇ ਪੈਸੇ ਦੇ ਕੇ ਆਪਣਾ ਕਟਰ ਲੈ ਜਾ ਸਕਦੇ ਹਾਂ ਪੈਸੇ ਦੇ ਕੇ ਆਪਣਾ ਲਿਜਾ ਸਕਦੇ ਆ ਤੇ ਜਿਨ੍ਹਾਂ ਕੋਲ ਪਹਿਲਾਂ ਕੰਬਾਈਨ ਹੈ ਕੰਬਾਈਨ ਦੀ ਆਰਸੀ ਕਿਸਾਨ ਦੇ ਨਾਮ ਤੇ ਆ ਤੇ ਉਹਦੇ ਲਈ ਲੋਨ ਸੁਵਿਧਾ ਜਲਦੀ ਹੋ ਜਾਂਦੀ ਹੈ ਤੇ ਸਰ ਇਸ ਕਟਰ ਦੇ ਵਿੱਚ ਤੇ ਹੋਰਾਂ ਕਟਰ ਦੇ ਵਿੱਚ ਤੇ ਕੀ ਫਰਕ ਹੈ ਜਿਹੜਾ ਕਰਤਾਰ ਨਸੀ ਜਿਸ ਵਿੱਚ ਨਵਾਂ ਲੈ ਕੇ ਆਈ ਹੈ ਉਹਦੇ ਬਾਰੇ ਗੱਲ ਕਰ ਦਿਓ ਜੀ ਇਹਦੇ ਵਿੱਚ ਸਰ ਫਰਕ ਇਹ ਹੈ ਜੀ ਸਾਡਾ ਸਭ ਤੋਂ ਪਹਿਲਾਂ ਤਾਂ ਧਿਆਨ ਰਹਿੰਦਾ ਹੁੰਦਾ ਕੁਆਲਿਟੀ ਤੇ ਜੀ ਕੁਆਲਿਟੀ ਇਹਦੀ ਆਮ ਨਾਲੋਂ ਬਹੁਤ ਜ਼ਿਆਦਾ ਵਧੀਆ ਹੈ ਜੀ ਲੋਹਾ ਮਟੀਰੀਅਲ ਸਟੀਲ ਲੱਗਿਆ ਹੋਇਆ ਜੋ ਵੀ ਇਹਦੇ ਵਿੱਚ ਸਭ ਤੋਂ ਵਧੀਆ ਕੁਆਲਿਟੀ ਦਾ ਅਸੀਂ ਯੂਜ਼ ਕਰਦੇ ਹਾਂ ਜੀ ਅਤੇ ਜੋ ਇਹਦੇ ਬਲੇਡ ਦੀ ਗੱਲ ਕਰੀਏ ਤਾਂ ਬਲੇਡ ਨੇ ਇਹਦੇ ਇਟਲੀ ਦੇ ਬਲੇਡ ਨੇ ਜੀ ਅਤੇ ਜੋ ਬਲੇਡ ਹੁੰਦਾ ਇਹ ਬਿੱਟ ਵਾਲਾ ਬਲੇਡ ਹੁੰਦਾ ਜੀ ਇਹਦੇ ਬਿੱਟ ਲੱਗੀ ਹੋਈ ਹੈ ਮਤਲਬ 5-6 ਸੀਜ਼ਨ ਕਿਤੇ ਨਹੀਂ ਜਾਂਦਾ ਜੀ ਅਤੇ ਨੰਬਰ 2 ਤੇ ਜੋ ਇਹਦੀਆਂ ਚੈਨਾਂ ਨੇ ਚੈਨ ਅਸੀਂ ਯੂਜ਼ ਕਰਦੇ ਵਧੀਆ ਕੰਪਨੀ ਦੀ ਡਾਇਮੰਡ ਦੀ ਚੈਨ ਯੂਜ਼ ਕਰਦੇ ਹਾਂ ਜੀ ਡਾਇਮੰਡ ਦੀਆਂ ਚੈਨਾਂ ਕਰਦੇ ਹਾਂ ਅੱਗੇ ਜੋ ਵੀ ਇਹਦਾ ਮਟੀਰੀਅਲ ਲੱਗਿਆ ਹੋਇਆ ਪੂਰਾ ਵਧੀਆ ਲਗਾਉਂਦੇ ਹਾਂ ਜਿਵੇਂ ਇਹਦੇ ਸਕਰਾਊਟ ਲਗਾ ਲਓ ਜਾਂ ਇਹਨਾਂ ਨੂੰ ਪਹਿਲਾਂ ਕੋਈ ਗਰੀਸ ਨਹੀਂ ਆਉਂਦਾ ਸੀ ਤਾਂ ਇਹਨਾਂ ਨੂੰ ਗਰੀਸ ਆਉਂਦਾ ਕੀਤਾ ਹੋਇਆ ਅਤੇ ਅੱਗੇ ਜਿਹੜੇ ਇਹਦੇ ਬੁਸ਼ ਹੁੰਦੇ ਆ ਬੁਸ਼ਾਂ ਦੇ ਵਿੱਚ ਪਹਿਲਾਂ ਬੁਸ਼ ਹੁੰਦੇ ਸੀ ਅਤੇ ਹੁਣ ਉਹਦੇ ਬੈਰਿੰਗ ਪੈਂਦੇ ਕਰਤੇ ਜੀ ਅਤੇ ਨੀਚੇ ਇਹਦੀ ਸਪੋਰਟ ਲਈ ਆਪਾਂ ਨੇ ਆ ਨੀਚੇ ਆਪਾਂ ਘੋੜੀ ਕਹਿ ਦਿੰਦੇ ਪੰਜਾਬੀ ਦੇ ਵਿੱਚ ਇਹ ਘੋੜੀ ਵੀ ਲਗਾ ਦਿੱਤੀ ਜੀ ਬਾਕੀ ਜੋ ਇਹਦਾ ਨੀਚੇ ਗੇਅਰ ਸਿਸਟਮ ਹੈ ਨਾ ਗੇਅਰ ਦੀ ਨੀਚੋਂ ਹੁੰਦੀ ਹੈ ਆਪਾਂ ਪਹਿਲਾਂ ਕਟਰ ਨਾਲ ਹੁੰਦੀ ਸੀ ਕੰਪਲੀਨ ਸ਼ਾਫਟ ਜੀ ਹੁਣ ਇਹ ਕੰਪਲੀਨ ਸਿਸਟਮ ਕਰਤਾ ਜਿਵੇਂ ਆਪਣੇ ਗੇਅਰ ਦੇ ਵਿੱਚੋਂ ਸਪਲਾਈਨਾਂ ਹੁੰਦੀਆਂ ਜੀ ਉਵੇਂ ਕਰਤਾ ਸਿਰਫ 2 ਨਟ ਖੋਲ੍ਹ ਕੇ ਪੂਰੀ ਦੀ ਪੂਰੀ ਸ਼ਾਫਟ ਬਾਹਰ ਆ ਕੇ ਤੁਸੀਂ ਬਲੇਡ ਚੇਂਜ ਕਰ ਸਕਦੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਉਹਦਾ ਹੱਲ ਕਰ ਸਕਦੇ ਹੋ ਅਤੇ ਬਾਕੀ ਇਹਦੇ ਟਰਾਲੇ ਦੀ ਗੱਲ ਕਰੀਏ ਟਰਾਲਾ ਤੁਸੀਂ ਜਿਵੇਂ ਕੰਬਾਈਨ ਦੇ ਪਿੱਛੇ ਜਾਂ ਕੋਈ ਵੀ ਚੀਜ਼ ਦੇ ਪਿੱਛੇ ਬਹੁਤ ਹੈਵੀ ਡਿਊਟੀ ਟਰਾਲਾ ਬਣਿਆ ਹੋਇਆ ਜੀ ਟਰਾਲਾ ਪੂਰਾ ਵਧੀਆ ਕੁਆਲਿਟੀ 'ਚ ਬਣਾਇਆ ਜੀ ਉਹੀ ਮਟੀਰੀਅਲ ਲੱਗਿਆ ਜੋ ਅਸੀਂ ਕੰਬਾਈਨ ਦੇ ਟਰਾਲੇ ਦੇ ਵਿੱਚ ਯੂਜ਼ ਕਰਦੇ ਹਾਂ ਉਹੀ ਮਟੀਰੀਅਲ ਇਹਦੇ ਵਿੱਚ ਹੈ ਜੀ ਬਾਕੀ ਚੈਨਾਂ ਦੀ ਗੱਲ ਕਰੀਏ ਜੋ ਇਹਦੇ ਪਿੱਛੇ ਅੱਗੇ ਚੈਨਾਂ ਲੱਗੀਆਂ ਹੋਈਆਂ ਜੀ ਇਹ ਵੀ ਹੈਵੀ ਡਿਊਟੀ 'ਚ ਚੈਨਾਂ ਅਸੀਂ ਯੂਜ਼ ਕਰਦੇ ਹਾਂ ਜੀ ਬਹੁਤ ਵਧੀਆ ਚੈਨਾਂ ਨੇ ਸਾਡੀਆਂ ਇਹ ਵੀ ਡਾਇਮੰਡ 'ਚ ਹੁੰਦੀਆਂ ਨੇ ਜੀ ਅਤੇ ਜੋ ਇਹਦੀ ਅੱਗੇ ਆਪਾਂ ਟਰੇ ਦੀ ਗੱਲ ਕਰੀਏ ਆਪਾਂ ਪੰਜਾਬੀ 'ਚ ਖੋਲ੍ਹੀ ਵੀ ਕਹਿ ਦਿੰਦੇ ਹਾਂ ਜੀ ਅਤੇ ਪੂਰੀ ਸਟੀਲ ਦੀ ਲੱਗੀ ਹੋਈ ਹੈ ਜੀ ਇਹ ਸਾਰਾ ਸਟੀਲ ਲੱਗਿਆ ਹੋਇਆ ਜੀ ਅਤੇ ਇਹਦੀ ਕਸਾਈ ਉਹ ਨਹੀਂ ਹੈਗੀ ਬਿਲਕੁਲ ਵੀ ਅਤੇ ਜਿਵੇਂ ਆਪਣੀਆਂ ਇੱਕ ਛੱਲੀਆਂ ਜ਼ਿਆਦਾ ਬੁੜਕਦੀਆਂ ਹੁੰਦੀਆਂ ਉੱਪਰ ਨੂੰ ਜਾਂਦੀਆਂ ਤਾਂ ਇਹਦੇ ਉੱਪਰ ਆਹ ਲਾਤਾ ਜੀ ਡਸਟ ਕਵਰ ਲਗਾਤਾ ਛੱਲੀਆਂ ਬੁੜਕਣ ਤੋਂ ਇਹ ਕਵਰ ਲੱਗਿਆ ਹੋਇਆ ਜੀ ਅਤੇ ਬਾਕੀ ਇਹਦੇ ਵਿੱਚ ਇਹ ਆਪਣਾ ਬੀਮ ਟਾਈਪ ਹੈ ਜੀ ਜਿਹੋ ਜੀ ਬਾਕੀ ਤੁਹਾਡੀ ਕੋਈ ਵੀ ਕੰਪਨੀ ਦੀ ਕਿਸੇ ਵੀ ਕੰਪਨੀ ਦੀ ਕੰਬਾਈਨ ਹੋਵੇ ਉਸੇ ਤਰ੍ਹਾਂ ਦਾ ਅਸੀਂ ਤਿਆਰ ਕਰਕੇ ਦੇ ਦਿੰਦੇ ਹਾਂ ਇਹ ਵੀ ਯੂ ਟਾਈਪ ਆ ਗਿਆ ਜਾਂ ਮੁੱਛਾਂ ਵਾਲਾ ਕਰਨਾ ਉਹ ਵੀ ਕਰ ਦਿੰਦੇ ਹਾਂ ਜੀ ਅਤੇ ਪਹਿਲਾਂ ਕੀ ਹੁੰਦਾ ਸੀ ਇਹਦੇ ਵਿੱਚ ਆਪਾਂ ਇਕੱਲੇ ਹੀ ਬੁਲਟ ਲਗਾਉਂਦੇ ਸੀ ਜੀ ਅਤੇ ਰੋਡ 'ਤੇ ਜਿਵੇਂ ਕੰਬਾਈਨ ਜਾਂਦੀ ਸੀ ਜਾਂ ਕਿਸੇ ਵੀ ਆਪਾਂ ਗੱਡੀ ਦੇ ਪਿੱਛੇ ਪੈ ਕੇ ਬੁੜਕਦਾ ਸੀ ਕਟਰ ਤਾਂ ਪ੍ਰੋਬਲਮ ਆਉਂਦੀ ਸੀ ਹੁਣ ਇਹਦੇ ਪਿੱਛੇ ਹੈਵੀ ਡਿਊਟੀ ਬਹੁਤ ਜ਼ਿਆਦਾ ਹੁੱਕਾਂ ਵਧੀਆ ਲਗਾਤੀਆਂ ਜੀ ਬਾਕੀ ਇਹਦੇ ਕਵਰਾਂ ਦੀ ਗੱਲ ਕਰੀਏ ਜੋ ਇਹਦੇ ਕਵਰ ਲੱਗੇ ਹੋਏ ਨੇ ਜੀ ਕਵਰ ਆਪਾਂ ਸਾਰੇ ਖੁੱਲ੍ਹਦੇ ਕਿਤੇ ਹੋਏ ਆ ਜੋ ਇਹ ਤਾਂ ਚਲੋ ਖੁੱਲ੍ਹਦੇ ਹੁੰਦੇ ਆ ਇਹਦੇ ਪਿੱਛੇ ਵਾਲੇ ਆਹ ਵਾਲੇ ਕਵਰ ਹੈ ਜੀ ਇਹਦੇ 2 ਬੋਲਟ ਇੱਧਰ ਅਤੇ ਇੱਕ ਇੱਧਰ ਬੋਲਟ ਖੋਲ੍ਹ ਕੇ ਆਪਾਂ ਚੈਨਾਂ ਟਾਈਟ ਕਰਨੀਆਂ ਜਾਂ ਕੋਈ ਵੀ ਚੈਨ ਦਾ ਕੋਈ ਕੰਮ ਕਰਨਾ ਵਿੱਚੋਂ ਕਰਨਾ ਇਹ ਸਿਰਫ ਉੱਪਰ ਚੱਕ ਹੀ ਇਹਦਾ ਕੰਮ ਹੋ ਜਾਂਦਾ ਜੀ ਸਰ ਜਿਹੜੇ ਕਿਸਾਨ ਵੀਰ ਦੇਖ ਰਹੇ ਨੇ ਤੁਹਾਡਾ ਮੱਕਾ ਕਟਰ ਲੈਣਾ ਚਾਹੁੰਦੇ ਤਾਂ ਕਿਸ ਤਰ੍ਹਾਂ ਅਤੇ ਕਿਵੇਂ ਲੈ ਸਕਦੇ ਹਨ ਜੀ ਸਾਡਾ ਸਰ ਇੱਕ ਤਾਂ ਸਕਰੀਨ 'ਤੇ ਟੋਲ ਫਰੀ ਨੰਬਰ ਚੱਲ ਰਿਹਾ ਜੀ ਉਹਦੇ 'ਤੇ ਵੀ ਸੰਪਰਕ ਕਰ ਸਕਦੇ ਹੋ ਬਾਕੀ ਸਾਡੇ ਔਨਲਾਈਨ ਨੰਬਰ ਵੀ ਰਹਿੰਦੇ ਆ ਜੀ ਉਹਨਾਂ 'ਤੇ ਵੀ ਸਾਡਾ ਸੰਪਰਕ ਕਰ ਸਕਦੇ ਹੋ ਅਤੇ ਕਿੱਥੇ ਅੱਗੇ ਲੈ ਕੇ ਜਾ ਸਕਦੇ ਸਰ ਜਿਹੜੇ ਉਹ ਕਿਸਾਨ ਵੀਰ ਸਰ ਆਪਣਾ ਜੀ ਕਰਤਾਰ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਟਿਡ ਜੀ ਭਾਦਸੋਂ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਤੇ ਸੜਕ ਸਾਹਿਬ ਵੀਰਾਂ ਨੂੰ ਜਾਣਕਾਰੀ ਦਿੱਤੀ ਧੰਨਵਾਦ ਜੀ ਸਰ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਖਨੌੜਾ ਦੇ ਵਿੱਚ ਜੋ ਕਿ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੈ ਅਤੇ ਦੋਸਤੋ ਕਰਤਾਰ ਕੰਪਨੀ ਦੇ ਇਹ
एक बहुत प्यारे कस्टमर ने जिन्होंने करतार कंपनी काफ़ी लंबे समय जुड़े हुए हैं, तो अज आप उन्होंने फीडबैक लें भी उन्होंने करतार कंपनी का पहला मक्का कट लिया तो किवें लगे और जानकारी लें। सत श्रीकाल सर। सत श्रीकाल जी। सर सब तो पहला तो साडे किसान भरावां अपने ते नाम ते तुहाडे पिंड दा की नाम है कुछ जानकारी दिओ। मेरा नाम गुरतेज सिंह है जी, पिंड खनौड़ा जी, जिला पटियाला जी। तो सर तुसीं करतार कंपनी कद तों जुड़े हुए हैं जी? सर मैं करतार कंपनी नाल 2010 तों जुड़िया हुआ जी। पहली कमैन मैं 2010 दे विच ली सी करतार जी, हुण तक मैं 11 कमैना लै चुके जी करतार दी। तो सर करतार कंपनी दी जी सर्विस दी गल करिए तां ओह किवें रहिंदी है जी? सर्विस बहुत वधिया करतार कंपनी की, कोई सर्विस वालों कोई प्रॉब्लम नहीं, कंप्लेट नहीं हैगी जी। जे कितें भी किसी स्टेट मशीन बाहर चलाने तो फोन करते कंपनी च नाल दी नाल बंदे पहुँचते हैं जी। तो सर जिदा हुण मक्के का सीजन आ चुके है जी, तो मक्के सीजन ने मक्के कटने लई तैयार होए ने करतार कंपनी दे, तो इहदे विच की खूबी है जी उह कटण दे विच की वधिया लगदा है? मक्के दे कटण दी गल करी, मैं करतार दा मक्के दा कटण पिछले 9-10 साल तो 2014 फस्ट टाइम कटर लिया सी मैं जी मक्की वाला, वो कटर मैं 8 साल चला के जी 2021 दे विच मैं दोबारा फिर ये कटर लिया जी। हुण भी मैं कटर 2 सीन ला चुका, 3 सीन है जी, कटर बहुत वधिया चलता जी, कोई ब्रेकडाउन नहीं हैगी, कोई आवाज़ नहीं हैगी, तो कटर वधिया जी। तो सर जिहड़े किसान भी देख रहे हैं कटर लैना चाहते हैं, तो तुसीं उन्हां नूं की मैसेज देना चाहोगे जी? मैं किसान वीरां नूं यही मैसेज देना चाहूँगा जी भी मक्की वाला कटर एक बार करतार दा तुसीं चला के देखो, कंपनी आओ कटर देखो, कम कट की बहुत वधिया बनावट है जी, खूबी है, चलन दे विच कोई ब्रेकडाउन नहीं, आवाज़ नहीं हैगी कटर की जी, तो बढ़ाई चंग वधिया करता जी। सर तुहाडा बहुत धन्यवाद, तुसीं सानूं ते साडे किसान भरावां नूं जानकारी दित्ती। किसान वीरो जी तुसीं भी करतार कंपनी नाल जुड़ना चाहो स्क्रीन ते मिल रहे ने, तुसीं इहनां गल करके करतार कंपनी नाल जुड़ सकदे हो, ते वीडियो किवें लगी जरूर दस्सो, चैनल नूं सबसक्राइब करो। धन्यवाद जी।